ਨਾਮ ਤੁਹਾਡਾ ਤੇ ਕੌਣ ਹੈ ਪੇਸ਼ੈਂਟ? ਮੇਰਾ ਨਾਮ ਸਨੀ ਹੈ ਜੀ, ਪੇਸ਼ੈਂਟ ਮੇਰੇ ਚਾਚਾ ਜੀ ਆ। ਕੀ ਗੱਲ ਸਰ? ਗੱਲ ਮਤਲਬ ਉਹਨਾਂ ਦੇ ਅਟੈਕ ਹੋਇਆ ਜਿਵੇਂ ਗਿਰ ਗਏ ਥੋੜ੍ਹਾ ਬ੍ਰੈਂਡ ਅਟੈਕ ਦੇ ਨਾਲ, ਅਤੇ ਉਹ ਆਪਰੇਸ਼ਨ ਨਹੀਂ ਆਪਾਂ ਲਿਆਂਦਾ ਇੱਥੇ ਰਾਧਾ ਕ੍ਰਿਸ਼ਨ ਮੈਡੀਸਿਟੀ। ਅਤੇ ਸਰ ਜੀ ਆਪਾਂ ਨੂੰ ਮਤਲਬ ਜਦੋਂ ਦਾਖਲ ਕੀਤਾ ਤਾਂ ਇਹਨਾਂ ਨੇ ਆਪਾਂ ਆਯੁਸ਼ਮਾਨ ਬਾਰੇ ਪਹਿਲਾਂ ਗੱਲ ਕਰੀ ਇਹਨਾਂ ਨਾਲ, ਇਹ ਉਸ ਸਮੇਂ ਇਹਨਾਂ ਨੇ ਕੋਲ ਕਟਾ ਦਿੱਤੀ ਵੀ ਐਮਰਜੈਂਸੀ 'ਚ ਕੋਲ ਕਟਾ ਦਿੱਤੀ, ਕਹਿੰਦੇ ਕੋਈ ਗੱਲ ਨਹੀਂ ਡਾਕਟਰ ਸਾਹਿਬ ਗੱਲ ਕਰਨਾ ਕਹਿੰਦੇ। ਫਿਰ ਇਹਨਾਂ ਆਪਰੇਸ਼ਨ ਲਈ ਲੈ ਕੇ ਗਏ ਜਦੋਂ ਕਿ ਮਤਲਬ ਇਹਨਾਂ ਪੈਕੇਜ ਕੀਤਾ 40,000 ਰੁਪਏ ਦਾ ਸਾਡੇ ਨਾਲ। ਅਤੇ ਉਸ ਤੋਂ ਬਾਅਦ ਦੀ ਸਰ ਜੀ ਇਹ ਰੋਜ਼ ਡੇਲੀ ਦਾ ਮਤਲਬ ਜਿੰਨਾ ਵੀ ਸਾਡੇ ਕੋਲ ਹੁੰਦਾ ਵਾ ਵੀ ਅਸੀਂ ਦੇਈ ਗਏ ਹਾਂ, 1,15,000-20,000 ਰੁਪਇਆ ਅਸੀਂ ਦੇ ਚੁੱਕੇ ਹਾਂ। ਇਹਨਾਂ ਨੂੰ ਬਿੱਲ ਬਣਾ ਦਿੱਤਾ 2 ਲੱਖ ਦੇ ਲਾਗੇ ਬੰਨੇ ਬਣਾ ਦਿੱਤਾ, 2.5 ਲੱਖ। ਅਤੇ ਸਰ ਵੀ ਜੋ ਵੀ ਸਾਡੇ ਪੱਲੇ ਅਸੀਂ ਵੇਚ ਕੇ ਜਿੰਨਾ ਹੋ ਸਕਿਆ ਕੀਤਾ, ਸੇਵਾ ਪਾਣੀ ਇਕੱਠਾ ਕਰ ਕਰਕੇ ਵੀ ਜੋ ਹੋਇਆ ਸਾਡੇ ਕੋਲ ਅਸੀਂ ਦਿੱਤਾ, ਅੱਜ ਤੱਕ ਵੀ ਦਿੱਤੇ ਆ, ਸਵੇਰ ਤੱਕ ਵੀ ਜੋ ਹੈਗਾ ਸੀਗਾ। ਅਤੇ ਹੁਣ ਸਾਡੇ ਪੱਲੇ ਕੁਛ ਨਹੀਂ ਹੈ ਜੀ। ਹਾਂਜੀ, ਇਹ ਰਾਧੇ ਕ੍ਰਿਸ਼ਨਾ ਮੈਡੀਸਿਟੀ ਬਟਾਲਾ ਰੋਡ। ਅਤੇ ਆਪਾਂ ਮਤਲਬ ਹੁਣ ਇਸ ਸਮੇਂ ਮਤਲਬ ਜਿੱਦਾਂ ਕਿ ਉਹਨਾਂ ਦੀ ਕੰਡੀਸ਼ਨ ਅਜੇ ਇਹੋ ਜਿਹੀ ਨਹੀਂ ਗੀ, ਮਤਲਬ ਗੱਲਬਾਤ ਕਰਨਾ ਨਹੀਂ ਸਰ। ਅਸੀਂ ਪੁਲਿਸ ਵਾਲੇ ਕਿਸੇ ਨੂੰ ਨਹੀਂ ਬੁਲਾਇਆ ਸੀ ਉਹਨਾਂ ਨੂੰ, ਉਹ ਪਹਿਲਾਂ ਹੀ ਹੁਣ ਇਹ ਆ ਕੇ ਬੈਠੇ ਸੀਗੇ, ਥੋੜ੍ਹਾ ਅੱਧਾ ਪੌਣਾ ਘੰਟਾ ਘੰਟਾ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਆ ਕੇ। ਹੁਣ ਕੀ ਮੰਗ ਕਰਦੇ? ਹੁਣ ਮੰਗ ਇਹੀ ਹੈ ਜੀ, ਸਾਡੇ ਮਤਲਬ ਮਰੀਜ਼ ਨੂੰ ਨਾ ਤਾਂ ਉਹ ਹੁਣ ਕਹਿੰਦੇ ਵੀ ਮੈਡੀਸਨ ਦੇਣੀ ਆ ਪੈਸੇ ਤੋਂ ਬਿਨਾਂ, ਅਤੇ ਸਾਡੇ ਕੋਲ ਰੁਪਈਆ ਨਹੀਂ ਆ। ਕੱਲ੍ਹ ਨੂੰ ਪੇਸ਼ੈਂਟ ਨੂੰ ਕੁਛ ਹੋ ਜਾਂਦਾ? ਕੱਲ੍ਹ ਨੂੰ ਪੈਸਾ ਸਾਡੇ ਪੇਸ਼ੈਂਟ ਨੂੰ ਕੁਛ ਵੀ ਹੁੰਦਾ ਜੀ, ਡਾਕਟਰ ਸਾਹਿਬ ਆ ਅਤੇ ਹੋਸਪਿਟਲ ਵਾਲੇ ਜ਼ਿੰਮੇਵਾਰ ਹੋਣਗੇ। ਆ ਸਕੇ ਵੀ ਸਾਡੇ ਕੋਲ 1 ਰੁਪਈਆ ਨਹੀਂ ਇਸ ਸਮੇਂ, ਵੀ ਅਸੀਂ 5,000 ਵੀ 2,000 ਵੀ ਦੇ ਦਈਏ ਵੀ ਸਾਡੇ ਛੱਡ ਦਿਉ, ਉਹ ਵੀ ਨਹੀਂ ਹੈਗਾ। ਸਾਨੂੰ ਪਤਾ ਅਸੀਂ ਕਿੱਦਾਂ ਜਿੰਨਾ ਵੀ ਕੀਤਾ ਕਿੱਦਾਂ ਕੀਤਾ, ਸਾਡੇ ਪੱਲੇ ਇਸ ਸਮੇਂ 1 ਰੁਪਈਆ ਨਹੀਂ ਹੈ ਜੀ। ਬਾਬਾ ਜੀ ਕੀ ਨਾਮ ਤੁਹਾਡਾ ਅਤੇ ਕੀ ਗੱਲ? ਮੇਰਾ ਆਕਾਸ਼ਦੀਪ ਸਿੰਘ ਹੈ ਜੀ ਨਾਮ। ਇੱਥੇ ਰਾਧੇ ਕ੍ਰਿਸ਼ਨਾ ਮਤਲਬ ਹੋਸਪਿਟਲ 'ਚ ਇਹਨਾਂ ਦਾ ਇਲਾਜ ਚੱਲ ਰਿਹਾ ਜੀ, ਬ੍ਰੇਨ ਅਟੈਕ ਹੋ ਗਿਆ ਜੀ ਇਹਨਾਂ ਨੂੰ, ਅਤੇ ਡਾਕਟਰ ਹੁਣ ਤੱਕ 2.25 ਲੱਖ ਰੁਪਈਆ ਬਣਾ ਕੇ ਬੈਠੇ ਆ ਜੀ, ਅਤੇ 2.25 ਲੱਖ ਰੁਪਈਆ ਆਪਾਂ ਦੇ ਦਿੱਤਾ, ਅਤੇ 70,000 ਰੁਪਈਆ ਹੋਰ ਬਣਾ ਕੇ ਬੈਠੇ ਆ ਜੀ। ਅਤੇ ਥੋੜ੍ਹਾ ਇਹਨਾਂ ਨੂੰ ਕਿਹਾ ਵੀ ਸ਼ੋਰਟ ਟਾਈਮਰ ਕਰੋ ਤੁਸੀਂ, ਅਤੇ ਨਹੀਂ ਕਰਦੇ 104 'ਤੇ ਵੀ ਆਪਾਂ ਜਿੱਦਾਂ ਆਯੁਸ਼ਮਾਨ ਕਾਰਡ 104 'ਤੇ ਫੋਨ ਲਾ ਕੇ ਵੇਖਿਆ ਜੀ, ਅਤੇ ਉਹ ਵੀ ਇਹਨਾਂ ਨੇ ਕੱਟ ਕੇ ਅਤੇ ਕਹਿੰਦੇ ਵੀ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਲਿਓ। ਹਾਂਜੀ, ਕੌਣ ਹੈ ਤੁਹਾਡੇ? ਮੇਰੇ ਫਾਦਰ ਸਾਹਿਬ ਜੀ। ਕੀ ਨਾਮ ਹੈ ਅਤੇ ਕਿੰਨੀ ਉਮਰ? ਬਲਵਿੰਦਰ ਸਿੰਘ ਹੈ ਜੀ, 45 ਈਅਰ ਓਲਡ ਹੈ ਉਹਨਾਂ ਦੀ ਹੈਗੀ ਹੈ। ਕਿੰਨੀ ਤਰੀਕ ਨੂੰ ਤੁਸੀਂ ਲੈ ਕੇ? 4 ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ, ਅਤੇ 5 ਤਰੀਕ ਨੂੰ ਇਹਨਾਂ ਨੇ ਓਪਰੇਟ ਕੀਤਾ, 40,000 ਦਾ ਪੈਕੇਜ ਦੱਸਿਆ ਜੀ ਇਹਨਾਂ ਨੇ। ਅਤੇ ਹੁਣ ਥੋੜ੍ਹਾ 15,000 ਰੁਪਈਆ 7,000 ਰੁਪਈਆ ਵੈਂਟੀਲੇਟਰ ਦਾ ਦੱਸਦੇ ਜੀ, ਅਤੇ 15,000 ਰੁਪਈਆ ਟੋਟਲ ਖਰਚਾ ਆ ਜਾਂਦਾ, ਪਲੱਸ ਆਈ ਜਾਂਦਾ ਆਉਣ ਜਾਣ ਦਾ, ਚਲੋ ਸਾਨੂੰ ਉਹ ਵੀ ਦਾ। ਅਤੇ ਹੁਣ ਕੋਈ ਦੱਸਦੇ ਨਹੀਂ ਪਏ ਮਤਲਬ ਉਹਦਾ ਹੀ ਜਾਣਦੇ ਅੱਗੇ। ਹੁਣ ਕੀ ਮੰਗ ਕਰਦੇ ਤੇ? ਮੰਗ ਅਸੀਂ ਇਨਸਾਫ 'ਚ ਆਉਣ ਡੇ ਵੀ ਸਾਨੂੰ ਠੀਕ ਕਰਨ, ਇਲਾਜ ਉਹਨਾਂ ਦਾ ਵਧੀਆ ਕਰਨ, ਅਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਅਤੇ ਉਹਦੇ ਜ਼ਿੰਮੇਦਾਰ ਇਹ ਹੋਣਗੇ ਜੀ। ਕੀ ਕਾਰਡ ਬਣਿਆ ਤੁਹਾਡਾ? ਕਾਰਡ ਹਾਂਜੀ ਬਣਿਆ ਜੀ ਉਹਨਾਂ ਦਾ। ਕੀ ਕਹਿੰਦੇ ਆ? ਕੋਈ 104 'ਤੇ ਆਪਾਂ ਉੱਦਾਂ ਵੀ ਪੁੱਛਿਆ, ਕਹਿੰਦੇ ਨਹੀਂ ਉਹਦਾ ਹੈ ਨਹੀਂ ਵਿੱਚ ਪੈਕੇਜ ਨਹੀਂ ਹੈਗੇ ਜੀ। ਅੱਛਾ, ਅਤੇ ਇਹਨਾਂ ਨੇ 40,000 ਦਾ ਪੈਕੇਜ ਕੀਤਾ? ਹਾਂਜੀ 40,000 ਦਾ। ਕਿੰਨੇ ਪੈਸੇ ਤੁਹਾਡੇ ਕੋਲ ਲੈ ਚੁੱਕੇ ਹੋ? ਹੁਣ ਤੱਕ 2.25 ਲੱਖ ਰੁਪਈਆ ਲਾਏ, ਪਲੱਸ ਹੀ ਹੋ ਗਿਆ ਜੀ। ਟੋਟਲ ਕਿੰਨੇ ਪੈਸੇ ਤੁਹਾਡੇ ਇੱਥੇ ਲੱਗ ਚੁੱਕੇ ਨੇ? ਟੋਟਲ 2.25 ਲੱਖ ਤੋਂ ਪਲੱਸ ਹੋ ਗਿਆ ਜੀ। ਕਿੰਨਾ ਬਿੱਲ ਬਣਿਆ? ਕਿੰਨਾ ਬਿੱਲ ਬਣਿਆ? 2.25 ਲੱਖ ਬਣਿਆ, 2.25 ਲੱਖ ਰੁਪਈਆ ਬਣਿਆ ਜੀ। ਹੁਣ ਕੋਈ ਦੱਸਦੇ ਨਹੀਂ ਹੈ ਕੋਈ। ਹੁਣ ਇਹ ਸਰ ਇਹੀ ਕਹਿ ਰਿਹਾ ਕਿ ਮਤਲਬ ਤੁਸੀਂ ਬੁਲਾਈ ਸੀ ਜਾਂ ਉਹਨਾਂ ਨੇ ਬੁਲਾਈ? ਪੁਲਿਸ ਉਹਨਾਂ ਨੇ ਬੁਲਾਈ ਜੀ। ਡਾਕਟਰ ਸਾਹਿਬ ਲੱਗਦਾ ਨਹੀਂ ਕਿ ਨਾ ਪੁਲਿਸ ਵਾਲੇ ਵੀ ਰਲੇ ਪਏ ਉਹਨਾਂ ਨਾਲ? ਪੁਲਿਸ ਵਾਲੇ ਤੇ ਕੋਈ ਗੱਲਬਾਤ ਨਹੀਂ ਕਰਦੇ, ਮੋਟਰਸਾਈਕਲ ਨੂੰ ਸਗੋ ਮਾਰ ਕੇ ਕੈਮਰੇ ਨੂੰ ਲੱਤ ਦੇ ਗਾਂ ਗਏ ਆ ਜੀ, ਕੋਈ ਗੱਲਬਾਤ ਨਹੀਂ ਸੁਣਦੇ ਜੀ। ਹਾਂਜੀ, ਡਾਕਟਰ ਸਾਹਿਬ ਵੀ ਸਗੋ ਉਦਾਂ ਦੇ ਨਹੀਂ ਸਾਨੂੰ ਚੰਗੀ ਤਰ੍ਹਾਂ ਗੱਲਬਾਤ ਕਰਦੇ ਪਏ। ਸਰ ਕੀ ਮਸਲਾ ਜੀ? ਹਾਂਜੀ ਆਓ ਸਰ, ਕੀ ਮਸਲਾ ਜੀ? ਇੱਥੇ ਆਪਣਾ ਜਿਹੜਾ ਉੱਥੇ ਹਸਪਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ। ਤੁਸੀਂ ਕੀ ਕਰਨਾ ਹੈ ਫਿਰ? ਤੁਸੀਂ ਕੀ ਕਰਨਾ ਹੈ? ਹਾਂਜੀ ਤੁਸੀਂ ਤੇ ਕਵਰ ਕਰਨਾ ਫਿਰ, ਹੱਥ ਕਿੱਦਾਂ ਮਾਰਨੇ ਆ? ਕਰੋ ਉੱਥੇ ਕਰੋ। ਆਈਡੀ ਨੂੰ ਹੱਥ ਕਿੱਦਾਂ ਮਾਰਦੇ? ਮੈਂ ਵੀ ਮਾਰਦਾ। ਹੋਰ ਕਿੰਨੇ ਮਾਰੇ ਆ? ਮੈਨੂੰ ਕੀ ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨਾ ਹੈ ਫਿਰ? ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ? ਹਾਂ ਵੈਰ ਨਹੀਂ, ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ? ਹਾਂਜੀ ਹੋ ਯਾਰ, ਸ਼ਾਰਟ ਕਰ ਸ਼ਾਰਟ ਕਰ ਇਹਦੇ ਸ਼ਾਰਟ ਕਰ ਮਿਲਾ।